ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਆਤਮਘਾਤੀ ਹਮਲੇ ਵਿੱਚ ਸ਼ਹੀਦ ਹੋਏ CRPF ਦੇ 42 ਜਵਾਨਾਂ ਦਾ ਦੇਸ਼ ਦੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਦੇਸ਼ ਦੇ ਲੋਕ 42 ਜਵਾਨਾਂ ਦੀ ਸ਼ਹਾਦਤ ਦਾ ਬਦਲਾ ਪਾਕਿਸਤਾਨ ਨੂੰ ਤਬਾਹ ਕਰਕੇ ਲੈਣਾ ਚਾਹੁੰਦੇ ਹਨ। ਦੇਸ਼ ਦੇ ਬੱਚੇ ਦਾ ਖੂਨ ਖੌਲ ਰਿਹਾ ਹੈ ਅਤੇ ਰੋਸ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਇਸੇ ਲੜੀ ਤਹਿਤ ਲੁਧਿਆਣਾ ਦੇ ਵਾਰਡ ਨੰਬਰ 45 ਤੋਂ ਕਾਂਗਰਸ ਪਾਰਟੀ ਦੀ ਕੌਂਸਲਰ ਬੀਬਾ ਬਰਜਿੰਦਰ ਕੌਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਮੰਗ ਕੀਤੀ ਗਈ ਕਿ ਹਰ ਹਾਲ ਵਿੱਚ ਸ਼ਹੀਦ ਹੋਏ 42 ਜਵਾਨਾਂ ਦਾ ਬਦਲਾ ਲਿਆ ਜਾਵੇ। ਅਸੀਂ ਸਾਰੇ ਪਾਰਟੀ ਦੇ ਵਰਕਰ, ਅਸੀਂ ਲੀਡਰ, ਸਾਡੇ ਬਜ਼ੁਰਗ ਸਾਰੇ ਮੈਂਬਰ ਇਕੱਠੇ ਹੋਏ ਹਾਂ। ਕੱਲ੍ਹ ਜੋ ਜੰਮੂ ਕਸ਼ਮੀਰ ਦੇ ਪੁਲਵਾਮਾ ਖੇਤਰ ਦੇ ਵਿੱਚ ਆਪਣੇ CRPF ਦੇ ਨੌਜਵਾਨਾਂ 'ਤੇ ਘਾਤ ਲਾ ਕੇ ਅੱਤਵਾਦੀਆਂ ਵੱਲੋਂ ਪਾਕਿਸਤਾਨ ਵਾਲੀ ਸਾਈਡ ਤੋਂ ਹਮਲਾ ਕੀਤਾ ਗਿਆ ਹੈ, ਬਹੁਤ ਹੀ ਨਿੰਦਣਯੋਗ ਔਰ ਦੁੱਖਦਾਇਕ ਘਟਨਾ ਹੈ ਔਰ ਸ਼ਰਮ ਵਾਲੀ ਗੱਲ ਹੈ ਪਾਕਿਸਤਾਨ ਦੇ ਵਾਸਤੇ, ਕਿਉਂਕਿ ਹਟਦਾ ਹੀ ਨਹੀਂ ਪਿਆ। ਮੈਂ ਅਸੀਂ ਦੇਖਦੇ ਕਿ ਪਿਛਲੇ 5 ਸਾਲਾਂ ਦੇ ਵਿੱਚ BJP ਸਰਕਾਰ ਦੇ ਵਿੱਚ ਜਿੰਨੇ ਸਾਡੇ ਜਵਾਨ ਸ਼ਹੀਦ ਹੋਏ ਨੇ ਅੱਜ ਤੱਕ ਨਹੀਂ ਹੋਏ, ਕਿਉਂਕਿ 21-22 ਸਾਲਾਂ ਦੇ ਨੌਜਵਾਨ ਸ਼ਹੀਦ ਹੁੰਦੇ ਨੇ, ਇਹ ਸਾਡੇ ਦੇਸ਼ ਦਾ ਭਵਿੱਖ ਨੇ ਔਰ ਉਹਨਾਂ ਦੇ ਘਰਾਂ ਦੇ ਵਿੱਚ ਦੇਖੋ ਵਿਰਲਾਪ TV ਵਿੱਚ ਦਿਖਾਉਂਦੇ ਨੇ ਕਿ ਕੱਲ੍ਹ ਜਦੋਂ ਅਸੀਂ ਖਬਰ ਸੁਣੀਏ ਮੈਂ ਤਾਂ ਮਤਲਬ ਅੱਖਾਂ ਵਿੱਚੋਂ ਆਂਸੂ ਹੀ ਆ ਗਏ ਵੀ ਇੱਕਦਮ 37 ਦੇ 37 ਬੰਦੇ ਜਵਾਨ, ਸਾਡਾ ਦੇਸ਼ ਕਿੱਥੇ ਜਾ ਰਿਹਾ। 42 ਜ਼ਖਮੀ ਵੀ ਨੇ ਬੰਦੇ ਸਾਡੇ, ਅਤੇ ਅਸੀਂ ਦੇਖਦੇ ਕਿ ਸਾਡਾ ਦੇਸ਼ ਕਿੱਥੇ ਜਾ ਰਿਹਾ, ਸਰਕਾਰ ਕੀ ਕਰ ਰਹੀ ਹੈ। ਜਦੋਂ ਵੀ ਕੋਈ ਜਵਾਨ ਸ਼ਹੀਦ ਹੁੰਦਾ ਉਹਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿ ਦਿੰਦੇ ਨੇ ਅਸੀਂ ਦੁਖੀ ਪਰਿਵਾਰਾਂ ਦੇ ਨਾਲ ਹਮ ਬਦਲਾ ਲੈਂਗੇ। ਅੱਜ ਤੱਕ ਕੋਈ ਬਦਲਾ ਲੈ ਹੀ ਨਹੀਂ ਹੋਇਆ ਇਹਨਾਂ ਤੋਂ। ਜਦੋਂ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਨੇ ਉਦੋਂ ਬੜੀਆਂ ਆਸਾਂ ਵੱਜੀਆਂ ਸੀਗੀਆਂ, ਕਰਤਾਰਪੁਰ ਲਾਂਘਾ ਖੋਲਿਆ ਗਿਆ ਸੀ ਕਿ ਹੋ ਸਕਦਾ ਸਾਡੇ ਭਾਰਤ ਲਈ ਇਹ ਚੰਗੀ ਸੋਚ ਰੱਖਣਗੇ, ਪਰ ਇਹ ਸਭ ਤੋਂ ਵੱਡਾ ਧਮਾਕਾ ਜਿਹੜਾ ਕਿ ਕਈ ਸਾਲਾਂ ਬਾਅਦ ਇੱਕ ਮਿਸਾਲ ਬਣ ਗਿਆ ਹੈਗਾ, ਤਾਂ ਬਹੁਤ ਹੀ ਦੁਖਦਾਈ ਘਟਨਾ। ਅਸੀਂ ਜਿਹੜੀ ਕਿ ਭਾਰਤ ਸਰਕਾਰ ਹੈ, ਮੋਦੀ ਸਰਕਾਰ ਹੈ, BJP ਸਰਕਾਰ ਹੈ, ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਵੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਗਰਚਾ ਦੇ ਨਾਲ, Fox.Punjabi, your city, your news.